हाँ जी वीरो, वाहिगुरु जी का खालसा, वाहिगुरु जी की फतेह। तास धरती तक धकेल सिंह खालसा। ते वीडियो जरूर शेयर कर दो वीरो, सारे भरा वीडियो नू जम के शेयर कर दो, वध तो वध हक सच लई बोलदे आ ते बोलदे रहांगे। ठीक है नी, साडा भावें शरीर दे टुकड़े टुकड़े हो जाण कोई गल नहीं। ते तुसी देखिया ना वीरो, एक मानसे जिले दे विच बाई मेरे हिसाब च ना परविंदर आ के की झोटा झोटा कह के उन बंदे नू बुलाउंदे आ। ਉਹ ਵੀਰ ਨੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਹੋਈ ਆ। ਅਤੇ ਭਰਾ ਕੀ ਕਰਦਾ ਵੀ ਨਸ਼ੇ ਦੇ ਸੁਦਾਗਰਾਂ ਨੂੰ ਫੜਦਾ ਸ਼ਰੇਆਮ, ਅਤੇ ਕਟਾਪਾ ਪੂਰਾ ਰੀਜਨਲ ਛੱਡਦਾ। ਅਤੇ ਸਰਕਾਰਾਂ ਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਅਤੇ ਸਰਕਾਰਾਂ ਨੇ ਕੀ ਕਰਾਇਆ ਵੀ ਉਹਦੇ ਘਰ ਆ ਕੇ ਪੁਲਿਸ ਦੀ ਰੇਡ ਮਰਾ ਕੇ ਸ਼ਰੇਆਮ ਉਹਨੂੰ ਚੁੱਕਿਆ ਗਿਆ, ਸ਼ਰੇਆਮ ਉਹਨੂੰ ਚੁੱਕਿਆ ਗਿਆ ਘਰ ਰੇਡ ਮਰਾ ਕੇ ਪੁਲਿਸ ਦੀ। ਕੀ ਆਉਂਦੇ ਕਹਿੰਦੇ ਜੇ ਤਾਂ ਅੰਮ੍ਰਿਤ ਛਕਾਉਂਗੇ ਤਾਂ ਵੀ ਮਾਹੌਲ ਖਰਾਬ ਹੁੰਦਾ, ਜੇ ਚਿੱਟਾ ਵੇਚਣ ਵਾਲਿਆਂ ਨੂੰ ਤੁਸੀਂ ਕੁੱਟੋਗੇ ਮਾਰੋਗੇ ਫੜੋਗੇ ਫਿਰ ਵੀ ਮਾਹੌਲ ਖਰਾਬ ਹੁੰਦਾ। ਦੇਖ ਲਓ ਸਰਕਾਰਾਂ ਦੇ ਕੰਮ। ਉਹ ਬੰਦੇ ਨੂੰ ਹੁਣ ਫੜਿਆ ਹੋਇਆ ਅੱਜ ਝੋਟੇ ਨੂੰ, ਠੀਕ ਆ, ਉੱਥੋਂ ਲਾਗੇ ਦੇ ਆਪਣੇ ਪਿੰਡਾਂ ਵਾਲੇ ਜਾਂ ਉੱਥੋਂ ਦੇ ਵੀਰ, ਠੀਕ ਹੈ ਕਿ ਨਹੀਂ, ਉੱਥੇ ਧਰਨਾ ਲਾ ਕੇ ਉੱਥੇ ਪ੍ਰਦਰਸ਼ਨ ਕਰਦੇ ਕਿ ਬਾਈ ਨੂੰ ਛੱਡੋ ਯਾਰ ਸ਼ਰੇਆਮ। ਉਹ ਜਿਹੜਾ ਕੰਮ ਤਾਂ ਸਰਕਾਰਾਂ ਨੇ ਕਰਨਾ ਉਹ ਇੱਕ ਬੰਦਾ ਆਮ ਕਰ ਰਿਹਾ, ਜਿਹੜਾ ਕੰਮ ਪ੍ਰਸ਼ਾਸਨ ਨੇ ਕਰਨਾ ਪੁਲਿਸ ਨੇ ਕਰਨਾ ਉਹ ਇੱਕ ਆਮ ਬੰਦਾ ਕਰ ਰਿਹਾ। ਉਹਨੂੰ ਕਹਿੰਦੇ ਕਹਿੰਦੇ ਵੀ ਤੂੰ ਵੀ ਨਹੀਂ ਇਹ ਕੰਮ ਕਰਨਾ, ਕਿਸੇ ਨੂੰ ਨਹੀਂ ਰੋਕਣਾ। ਕਿਉਂ ਨਹੀਂ ਰੋਕਣਾ? ਕਿਉਂਕਿ ਘਾਟਾ ਪੈਂਦਾ, ਕਿਉਂਕਿ ਘਾਟਾ ਪੈਂਦਾ। ਇਹ ਕੰਮ ਚੱਲਣ ਦਿਓ, ਸ਼ਰੇਆਮ ਚੱਲਣ ਦਿਓ। ਨੌਜਵਾਨੀ ਦਾ ਬੁਰਾ ਹਾਲ ਕਰਤਾ, ਨੌਜਵਾਨ ਸਾਡੇ ਲਾਲ ਆ ਸਰਿੰਜਾਂ ਬਾਹਾਂ ਦੇ ਵਿੱਚ, ਅਤੇ ਨੌਜਵਾਨ ਮਰ ਗਿਆ ਸਾਡਾ ਪੰਜਾਬ ਦਾ ਨੌਜਵਾਨ, ਨਸ਼ੇੜੀ ਬਣਾਤਾ ਘਰਾਂ ਦੇ, ਘਰ ਖਾਲੀ ਹੋ ਗਏ ਯਾਰ। ਅੱਜ ਉਹ ਬੰਦਾ ਆਵਾਜ਼ ਉਠਾ ਰਿਹਾ, ਅੱਜ ਉਹ ਬੰਦਾ ਲੱਗਿਆ ਹੋਇਆ ਜੇ ਆਪਣੇ ਦਮ 'ਤੇ, ਅਤੇ ਅੱਜ ਪ੍ਰਸ਼ਾਸਨ ਉਹਨੂੰ ਤੰਗ ਕਰਦਾ ਪਿਆ, ਪੁਲਿਸ ਤੰਗ ਕਰਦੀ ਵੀ ਘਰੇ ਆ ਕੇ ਰੇਡ ਮਾਰ ਕੇ ਸ਼ਰੇਆਮ ਚੱਕ ਕੇ ਲਗਾਏ ਉਹਨੂੰ। ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਮੇਰੇ ਭਰਾ, ਵੱਧ ਤੋਂ ਵੱਧ ਨਾ ਇੱਕ ਇੱਕ ਦੋ ਦੋ ਗਰੁੱਪਾਂ 'ਚ ਸ਼ੇਅਰ ਕਰ ਦਿਓ ਵੀਡੀਓ, ਨਾਲ ਵੀਰ ਜੁੜ ਜਾਓ। ਇੰਨਾ ਧੱਕਾ ਯਾਰ ਸ਼ਰੇਆਮ ਕਰ ਰਹੀ ਸਰਕਾਰ ਹੈ। ਇੱਕ ਪਾਸੇ ਤਾਂ ਮਾਨ ਸਰਕਾਰਾਂ ਦੇ ਵੀ ਉੱਥੋਂ ਦਾ ਜ਼ਿਲ੍ਹੇ ਦਾ SSP ਜ਼ਿੰਮੇਵਾਰ ਹੋਊਗਾ ਜੇ ਕਿਸੇ ਵੀ ਇਲਾਕੇ ਵਿੱਚ ਨਸ਼ਾ ਵਿਕਿਆ ਤਾਂ। ਅਤੇ ਪਰ ਹੁਣ ਵੇਖੋ ਤੁਸੀਂ, SSP ਤਾਂ ਖੁਦ ਆ ਕੇ ਅਤੇ ਇਹਨਾਂ ਨੂੰ ਫੜਨ ਦਿਆ ਜਿਹੜੇ ਬੰਦੇ ਨਸ਼ੇ ਨੂੰ ਰੋਕਦੇ, ਵੀ ਇਹ ਨਹੀਂ ਲੱਗਣਾ ਚਾਹੀਦਾ। ਦੱਸੋ ਹੈ, ਝੋਟੇ ਵਰਗੇ ਬੰਦਿਆਂ ਨੂੰ ਸ਼ਰੇਆਮ ਫੜ ਰਹੇ ਆ, ਕੀ ਬਣੂ ਹੁਣ ਵੀਰੋ? ਹੁਣ ਹੱਕ 'ਚ ਨਿਤਰੋ, ਹੁਣ ਵੱਧ ਤੋਂ ਵੱਧ ਵੀਰੋ ਸੰਯੋਗ ਕਰੋ ਤੁਸੀਂ। ਜੇ ਤੁਸੀਂ ਵਾਕਿਆ ਸੱਚੇ ਹੋ ਤਾਂ ਫੇਸਬੁੱਕ 'ਤੇ ਪੋਸਟਾਂ ਪਾ ਦਿਓ ਤੁਸੀਂ। ਜੇ ਪੰਜਾਬ ਦੇ ਵਿੱਚ ਅੰਮ੍ਰਿਤ ਛਕਾਉਣਾ ਵੀ ਗੁਨਾਹ ਹੋ ਗਿਆ, ਇੱਕ ਛਕਾ ਰਹੇ ਸੀ ਨਾ ਪਿਛਲੇ ਦਿਨਾਂ ਦੇ ਵਿੱਚ, ਅੰਮ੍ਰਿਤ ਜੇ ਛਕਾਉਣਾ ਉਹ ਵੀ ਗੁਨਾਹ, ਜੇ ਨਸ਼ੇ ਆ ਛਡਾਉਣੇ ਆ ਉਹ ਵੀ ਗੁਨਾਹ, ਨਸ਼ੇ ਦੇ ਸੁਦਾਗਰਾਂ ਨੂੰ ਰੋਕਣਾ ਉਹ ਵੀ ਗੁਨਾਹ, ਸਾਰਾ ਕੁਛ ਹੀ ਗੁਨਾਹ। ਹੁਣ ਨਹੀਂ ਕਿਸੇ ਨੇ ਬੋਲਣਾ, ਸਭ ਚੁੱਪ ਕਰਕੇ ਬੈਠੇ ਆ। ਚਾਰ ਚਪੇਰੇ ਪੁਲਿਸ ਵਾਲਿਆਂ ਦੇ ਘਰ ਦੇ ਘੇਰਾ ਪਾ ਕੇ ਬੈਠੇ ਉੱਥੇ, ਉਹਨੂੰ ਸ਼ਰੇਆਮ ਵੀਡੀਓ ਬਣਾ ਰਿਹਾ ਉੱਪਰ ਘਰ ਦੇ ਚੜ੍ਹ ਕੇ ਵੀਰ, ਉਹ ਤਾਂ ਫੜ ਕੇ ਲਈ ਜਾਂਦੇ ਆ। ਨੌਜਵਾਨੀ ਸਾਡੀ ਸਾਰੀ ਮਾਰਤੀ ਆ ਨਸ਼ੇ ਦੇ ਵਿੱਚ, ਸਾਰੀ ਨੌਜਵਾਨੀ ਨਸ਼ੇ ਦੇ ਵਿੱਚ ਮਾਰਤੀ ਸਾਡੀ ਸਾਰੀ ਨੌਜਵਾਨੀ। ਆ ਟੀਕੇ ਲਾ ਲਾ ਜੱਬੇ ਪਏ ਨੌਜਵਾਨ, ਠੀਕ ਆ, ਜਿਹੜੇ ਭਰਾ ਚੰਗੇ ਆ ਨਹੀਂ ਲਾਉਂਦੇ ਵੀਰੋ, ਦੂਰ ਹੋ ਇਸ ਕੰਮ ਤੋਂ। ਆ ਨਸ਼ੇ ਦੇ ਵੱਡੇ ਵੱਡੇ ਸੁਦਾਗਰ ਸ਼ਰੇਆਮ ਚਿੱਟਾ ਵੇਚ ਰਹੇ ਆ, ਸ਼ਰੇਆਮ ਚਿੱਟਾ। ਜੇ ਉਹਨੂੰ ਪੰਜਾਬ ਦਾ ਪੁੱਤ ਇੱਕ ਬਚਾਉਣ ਦਾ ਉਹਨੇ ਬੀੜਾ ਚੁੱਕਿਆ ਵੀ ਮੈਂ ਨਸ਼ੇ ਦੇ ਸੁਦਾਗਰਾਂ ਦੇ ਪੂਰੀ ਰੀਝ ਨਾਲ ਡਾਂਗ ਫੇਰ ਨਹੀਂ ਆਉਂਦੂਗਾ, ਉਹਨੂੰ ਆਹਦੇ ਵੀ ਤੂੰ ਡਾਂਗ ਨਹੀਂ ਫੇਰ ਸਕਦਾ, ਤੂੰ ਰੋਕ ਨਹੀਂ ਸਕਦਾ, ਤੂੰ ਨਹੀਂ ਰੋਕ ਸਕਦਾ। ਜੇ ਤੂੰ ਰੋਕੇਂਗਾ ਤੇਰੇ ਡਾਂਗ ਫਿਰੂਗੀ, ਤੈਨੂੰ ਚੱਕਾਂਗੇ। ਉਹੀ ਕੰਮ ਹੋਇਆ। ਤਾਂ ਉਹ ਬੰਦਾ ਪਹਿਲਾਂ ਵੀ ਆਉਂਦਾ ਕਹਿੰਦਾ ਮੈਂ ਅੱਜ ਨਸ਼ੇ ਨੂੰ ਰੋਕਦਾ, ਇਹ ਮੈਨੂੰ ਮਰਵਾ ਵੀ ਸਕਦੇ ਆ, ਮੈਨੂੰ ਕਟਾ ਵੀ ਸਕਦੇ, ਮੈਨੂੰ ਚੁੱਕ ਵੀ ਸਕਦੇ, ਮੇਰੇ 'ਤੇ ਝੂਠਾ ਪਰਚਾ ਵੀ ਕਰ ਸਕਦੇ ਆ।
अज वो गल ही हो गई है, अज वो गल हुई है वीरो सच। हुण जमीनी पद्धर तो उस भरा ना खिलाउण दी लोड़ है, जमीनी पद्धर दे उत्ते सिर्फ फेक फेसबुक ते पोस्टां पा पा के असी ठीक है कि नहीं, ये काम ना करिए, वो बाई नाल खलोईए आप। कहिंदे नशा विकण तो जिन्ना विकदा चिट्टा विकण तो चिट्टे ते नहीं तुसी किसे नूं रोक सकदे। फिर ये गल हुई ना तां ही चक्किआ ना उस बंदे नूं, ये तक चक्कन का मतलब की सी दसो, तुसी आप दस दो भी कोई तुक बनती है। एक बंदा नशेड़ियां का पूरा कटापा रीझ ना कर रहा बंदा, उन्होंने भी तुसी ये काम नहीं कर सकते, तुसी ये काम नहीं कर सकते, थोनू फड़ांगे असी, तो वह काम अज हो गया। ये हाल पंजाब दा यार, लख दी लाण तैयार इन्ना उत्ते, लख दी लाण तैयार, काम वेख लो तुसी यार। जेड़े काम सरकारां ने करने, प्रशासन ने करने, एक आम बंदे कर रहे हैं, तो आम बंदे नूं भी तंग किया जाता। क्योंकि मैं बाई दी पोस्ट वेख रहा सी, वो तो पहले ही कह रहा सी, कहिंदा भी मैनू ये झूठा परचा पवा सकते आ, मैनू मरवा भी सकते आ, क्योंकि पता ही अगे अपने नाल की होया पिछले दिनों दे विच, अदीप सिद्धू भी ऐं करवाया, मूसे वाले भी ऐं करवाया इन्होंने, भाई अमृतपाल सिंह भी NSA लगे नाल दे साथियों। की हाल करता साडा पंजाब दा इन्हां बंदियां ने, इन्हां ने जे कोई बंदा रोकदा जां जांदा बंदा उन्हां दे गल पैंदे अगों यार, की बनूगा दसो तुसी, आप हिसाब ला लो भरावो। कि नशे के सौदागर इन्ने वधे खलोते आ, शरेआम चिट्टा वेच रहे, जे कोई बंदा जाके उन्होंने रोकता करता, उन्होंने उल्टा जाके उन्होंने परचे पाए जाते, उन्होंने घर चो फड़िया जाता, रेडा मारिया जाए, इट्टा रोड़े मारे जाते घर के जाके। आ काम रह गया सी, जो काम सरकारां दे करन वाला सी आम बंदा करे यार। फिर उस आम बंदे दी मतलब कि उस आम बंदे नूं बनदा मान सम्मान तां कुछ नहीं देना, भी उहनूं वी उहदे ते झूठा परचा पा के उहनूं वी शरेआम चक्कना कर चो। सो धन्नवाद सारे वीरां दा, वीडियो जरूर शेयर कर दे। वाहिगुरू जी का खालसा, वाहिगुरू जी की फतेह।